ਅਸੀਂ ਨਿੱਕੇ ਨਿੱਕੇ ਹੁੰਦੇ ਸੀ ਵਿਹੜੇ ਦੇ ਵਿੱਚ ਮੰਜੀਆਂ ਡਾਣੀਆਂ ਹੈਂ ਜੀ, ਇੱਕ ਪੱਖਾ ਲੱਗੇ ਆ ਹੋਣਾ ਪੂਰੇ ਵਿਹੜੇ 'ਚ 8-10 ਮੰਜੀਆਂ ਹੋਣੀਆਂ, ਇੰਜ ਲੈਣ ਵਾਰ ਮੰਜੀਆਂ ਡਾਹਣੀਆਂ ਅਤੇ ਸਾਈਡ ਸਿਰਾਣੇ ਪਾਸੇ ਪੱਖਾ ਲਾ ਦੇਣਾ ਜਨਾਬ, ਸਾਰੇ ਬੰਦਿਆਂ ਸੁੱਤੇ ਆ ਹੋਣਾ ਅਤੇ ਵਿਹੜੇ ਦੇ ਵਿੱਚ ਦੋ ਦਰੇਕਾਂ ਇੱਕ ਸ਼ਤੂਤ ਵੀ ਹੁੰਦਾ ਸੀ, ਦਿਨੇ ਨੇ ਉਹਨਾਂ ਦੇ ਥੱਲੇ ਮੰਜੀ ਡਾਹ ਲੈਣੀ ਹਾਂਜੀ। ਅਤੇ ਉਦੋਂ ਮੇਰੇ ਖਿਆਲ ਨਾਲ ਜਿਹੜੀ ਮੈਨੂੰ ਯਾਦ ਪੈਂਦਾ ਵੇ, ਸਾਡੇ ਘਰ ਛੱਤ ਵਾਲਾ ਪੱਖਾ ਕੋਈ ਨਹੀਂ ਸੀ, ਇਹ ਸਿਰਫ ਨਾ ਸਟੈਂਡ ਵਾਲਾ ਪੱਖਾ ਸੀ। ਅਤੇ ਉਹ ਹਿਸਾਬ ਨਾਲ ਅੰਦਰ ਮੇਰੇ ਖਿਆਲ ਨਾਲ ਇੱਕ ਗਲੋ ਬੱਤੀ ਲੱਗੀ ਸੀ, ਬਲਬ ਟੂਬ ਵੀ ਕੋਈ ਨਹੀਂ ਸੀ। ਅਤੇ ਉਹ ਫਿਰ ਬਿੱਲ ਵੀ ਉਸ ਹਿਸਾਬ ਨਾਲ ਹੀ ਆਉਣਾ ਸੀ, ਬਿੱਲਾਂ ਤੋਂ ਵੀ ਇੱਕ ਬਲਬ ਜਾਂ ਪੱਖੇ ਦਾ ਕਿੰਨਾ ਕੁ ਬਿੱਲ ਆ ਜਾਣਾ ਹੁੰਦਾ ਸੀ। ਹੁਣ ਮਾਸ਼ਾਅੱਲਾ ਜਨਾਬ ਕਮਰੇ ਦੇ ਵਿੱਚ 3-3 ਲਾਈਟਾਂ ਲੱਗੀਆਂ ਹੁੰਦੀਆਂ ਨੇ, ਪੱਖਾ ਏਸੀ ਇਹ ਉਹ ਚੱਲਦਾ ਹੁੰਦਾ, ਅਤੇ ਬਿੱਲ ਵੀ ਤਾਂ ਫਿਰ ਉਸ ਹਿਸਾਬ ਨਾਲ ਹੀ ਆਉਣਾ। ਮਹਿੰਗਾਈ ਠੀਕ ਹੈ ਆਪਣੀ ਜਗ੍ਹਾ 'ਤੇ, ਮੈਂ ਸਿਰਫ ਇੱਕ ਗੱਲ ਕਰ ਰਿਹਾ, ਮਤਲਬ ਮੈਨੂੰ ਸ਼ੁਰੂ ਹੋ ਜਾਓ। ਅਤੇ ਉਹ ਪੱਖੇ ਉਦੋਂ ਜਨਾਬ ਜਦੋਂ ਵੇਖਣਾ ਕਿ ਜ਼ਿਆਦਾ ਥੋੜ੍ਹੀ ਜਿਹੀ ਗਰਮੀ ਹੈ, ਮੰਜੀ ਰੱਖਣੀ ਮੋਢੇ 'ਤੇ ਜਨਾਬੇ ਵਾਲੀ, ਛੱਤ ਦੇ ਉੱਤੇ ਟੁਰ ਜਾਣਾ, ਜਾ ਕੇ ਮੱਛਰਦਾਨੀ ਕੱਸਣੀ ਅਤੇ ਸੌਂ ਰਹਿਣਾ। ਸਵੇਰੇ ਸਵੇਰੇ ਜਨਾਬ ਮੰਜੀ ਛੱਤ ਤੋਂ ਇੰਝ ਹੀ ਕੰਡ ਮਗਰ 'ਤੇ ਆ ਕੇ ਅੰਦਰ ਰੱਖ ਦੇਣੀ ਮੰਜੀ ਜਾਂ ਵਿਹੜੇ ਰੱਖ ਦੇਣੀ, ਅਤੇ ਬਿੱਲ ਵੀ ਫਿਰ ਉਹ ਹਿਸਾਬ ਦਾ। ਹੁਣ ਮਾਸ਼ਾਅੱਲਾ ਘਰਾਂ ਦੇ ਜੀ ਵੀ ਬੜੇ ਨੇ, ਅਤੇ ਅੱਗੋਂ ਪੱਖੇ ਫਰਿੱਜਾਂ ਏਸੀ ਕੂਲਰ ਇਹ ਤਕਰੀਬਨ ਹਰ ਘਰ 'ਚ ਹੀ ਨੇ। ਅਤੇ ਪੱਖੇ ਚਲੋ ਜੇ ਏਸੀ ਨਹੀਂ ਤਾਂ ਪੱਖੇ ਤਾਂ 2-3 ਹਰ ਘਰ ਦੇ ਵਿੱਚ ਚੱਲਦੇ ਹੀ ਹੁੰਦੇ ਨੇ, 3 ਕਰ ਲਓ 4 ਕਰ ਲਓ 2-3-4, ਇਹ ਨਾਰਮਲ ਰੂਟੀਨ ਨਾਲ ਹਰ ਘਰ 'ਚ ਪੱਖੇ ਨੇ। ਫਰਿੱਜਾਂ ਵੀ ਜਿਹੜੀਆਂ ਨੇ ਉਹ ਵੀ ਬਹੁਤ ਜ਼ਿਆਦਾ ਘਰਾਂ ਦੇ ਵਿੱਚ ਮੌਜੂਦ ਨੇ, ਠੀਕ ਹੈ। ਅਤੇ ਬਿਜਲੀ ਦੀ ਖਪਤ ਫਿਰ ਏਸੀਆਂ ਵਾਲੇ ਬੋਲੇ ਹੋ ਗਏ ਨੇ, ਅਤੇ ਉਸ ਹਿਸਾਬ ਨਾਲ ਬਿਜਲੀ ਦੀ ਖਪਤ ਵੀ ਫਿਰ ਹੋਣੀ ਹੈ। ਅਤੇ ਇਸ ਗੱਲੇ ਲੇਕਿਨ ਹੁਣ ਕਈ ਵਿਚਾਰੇ ਭਰਾ ਨੇ ਜਿਨ੍ਹਾਂ ਦਾ ਇੱਕ ਬਲਬ ਚੱਲਦਾ ਹੁੰਦਾ, ਉਹਨਾਂ ਨੂੰ ਵੀ ਬਿੱਲ ਬੜਾ ਪੈ ਗਿਆ, ਉਹਨਾਂ ਦੀ ਨਹੀਂ ਸਮਝ ਆਉਂਦੀ। ਅਤੇ ਬਾਕੀ ਜਿਹੜਾ ਵੇ ਨਾਰਮਲੀ ਹੈ, ਜਿੰਨੇ ਭਾਈ ਹੁਣ ਮੈਂ ਜੇ ਪੱਖੇ ਥੱਲੇ ਆ, ਹੁਣ ਇਸ ਵਕਤ ਪੱਖੇ ਥੱਲੇ ਬੈਠੇ ਹਾਂ ਅਤੇ ਪੱਖਾ ਇੰਜੋਏ ਕਰ ਰਹੇ ਹਾਂ, ਅਤੇ ਫਿਰ ਬਿੱਲ ਤਾਂ ਮੈਂ ਦੇਣਾ ਹੀ ਹੈ ਨਾ। ਹੁਣ ਇਹ ਕੱਲ੍ਹ ਰਾਤ ਦਾ ਚੱਲਦਾ ਪਿਆ, ਇਹਨੂੰ ਬੰਦ ਨਹੀਂ ਕੀਤਾ, ਠੀਕ ਹੈ। ਅਤੇ ਇਹ ਉਹ ਬਿੱਲ ਉਸ ਹਿਸਾਬ ਨਾਲ ਹੀ ਫਿਰ ਪੈਣਾ ਨਾ, ਉਹ ਬਿੱਲ ਦੇਣਾ ਪੈਣਾ, ਮੈਨੂੰ ਦੇਣਾ ਵੀ ਚਾਹੀਦਾ। ਅਤੇ ਕਿਉਂਕਿ ਮੈਂ ਇੱਕ ਸਹੂਲਤ ਲੈ ਰਿਹਾ ਅਤੇ ਉਹਦਾ ਮੈਨੂੰ ਜਿਹੜਾ ਬਿੱਲ ਲਿਆਉਣਾ ਉਹ ਦੇਣਾ ਚਾਹੀਦਾ, ਠੀਕ ਹੈ। ਅਤੇ ਬਾਕੀ ਰਹਿ ਗਈ ਗੱਲ ਥੋੜ੍ਹਾ ਜਿਹਾ ਆਪਣੇ ਆਪ ਨੂੰ, ਯਾਨੀ ਕਿ ਸਖਤ ਜਾਨ ਕਰੋ, ਥੋੜ੍ਹੀ ਜਿਹੀ ਮੰਜੀ ਛੱਤ 'ਤੇ ਵੀ ਡਾ ਲਿਆ ਕਰੋ, ਜਾਂ ਬਰਾਂਡੇ 'ਚ, ਜਾਂ ਠੀਕ ਹੈ ਕਿਸੇ ਦਰਖਤ ਥੱਲੇ। ਅਤੇ ਉਹ 2-4 ਘੰਟੇ ਅਗਰ ਪੱਖੇ ਨੂੰ ਸਾਹ ਲੱਗ ਜਾਏ ਤਾਂ ਕਿਤੇ ਬੰਦਾ ਵੀ ਸਖਤ ਜਾਨ ਹੋ ਜਾਂਦਾ, ਦੂਜਾ ਜਨਾਬ ਬਿੱਲ ਵੀ ਨਹੀਂ ਆਉਂਦਾ। ਮੈਨੂੰ ਪਤਾ ਕਈਆਂ ਨੂੰ ਜਨਾਬ ਖੁਰਕ ਹੋਣੀ ਹੈ, ਮੈਂ ਕੀ ਗੱਲ ਕਰਨਾ ਪਿਆ ਵਾਂ, ਅਤੇ ਖੁਰਕ ਵਾਲੀ ਇਹਦੇ 'ਚ ਕੋਈ ਗੱਲ ਨਹੀਂ। ਵੈਸੇ ਹੀ ਇੱਕ ਆਈਡੀਆ ਵੇ, ਮਹਿੰਗਾਈ ਹੈ ਮੈਂ ਮੰਨਣਾ ਵਾ, ਉਹਦੇ 'ਚ ਕੋਈ ਸ਼ੱਕ ਨਹੀਂ ਹੈ, ਮਹਿੰਗਾਈ ਹੈ, ਗਰੀਬ ਆਦਮੀ ਵਾ ਤਾਂ ਮੁਸ਼ਕਲ ਹੈ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਦੋ ਰਾਏ ਨਹੀਂ ਹੈ। ਲੇਕਿਨ ਇਹ ਵੀ ਇੱਕ ਗੱਲ ਹੈ ਨਾ ਜੀ, ਅਗਰ ਅਸੀਂ ਥੋੜ੍ਹੀ ਬਹੁਤੀ ਬਚਾਉਣਾ ਚਾਹੀਏ। ਹੁਣ ਮਾੜੇ ਤੋਂ ਮਾੜੇ ਘਰ 'ਚ ਵੀ 2 ਪੱਖੇ ਹੈ ਨੇ, ਜਿਨ੍ਹਾਂ ਕੋਲ 2 ਕਮਰੇ ਨੇ ਨਾ, ਉਹਨਾਂ ਕੋਲ 2 ਪੱਖੇ ਹੈ ਨੇ, ਇੱਕ ਛੱਤ ਵਾਲਾ, ਇੱਕ ਸਟੈਂਡ ਵਾਲਾ, ਇਹ ਜਿਹੜਾ ਨਾਰਮਲ ਹੈ ਸਾਰ, ਜਿੰਨੇ ਮਾੜੇ ਘਰ ਨੇ ਉਹਨਾਂ ਕੋਲ ਵੀ ਹੈ। ਅਤੇ ਜਦ ਉਹ ਚੱਲਣੇ ਨੇ ਤਾਂ ਫਿਰ ਬਿੱਲ ਵੀ ਧਿਆਨ ਆ ਨਾ ਭਾਈ ਜਾਨ, ਇਹ ਮਸਲਾ ਵੇ। ਅਤੇ ਦੁਆਵਾਂ 'ਚ ਯਾਦ ਰੱਖੀਓ, ਮਤੇ ਆਖੋ ਲੰਬੀ ਤਕਰੀਰ ਕਰ ਸੜੀ ਸੀ ਬੁਲਾ ਵਜਾ, ਜੇ ਕੋਈ ਗੱਲ ਮਾੜੀ ਚੰਗੀ ਲੱਗ ਗਈ ਹੋਵੇ ਤਾਂ ਦਰ ਗੁਜ਼ਰ ਕਰੀਓ। ਅੱਲਾ ਦੇ ਵਾਲੇ ਜੀ।